ਰਾਮਦਾਸ ਹਿਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਆਪਣੇ ਪਿਆਰਿਆਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪ੍ਰਲੋਕ ਵਿੱਚ ਰਾਖੀ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏ ਮਾਨ ਗੁਰੂ ਜੀ ਦੀ ਪਿਆਰੀ ਸਾਡੀ ਨਵਾਜੀ ਸੰਗਤ ਜੀ ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ ਆਪਾਂ ਨੂੰ ਆਪਣੀ ਹਾਜ਼ਰੀ ਵਿੱਚ ਬੈਠ ਕੇ ਗੁਰੂ ਜੀ ਦੀ ਬਾਣੀ ਸੁਣਨ ਦਾ ਕਥਾ ਕੀਰਤਨ ਸੁਣਨ ਦਾ ਮੌਕਾ ਸਮਾਂ ਬਖਸ਼ਿਸ਼ ਪ੍ਰਾਪਤ ਹੋਇਆ ਹੈ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਗੁਰਮੁਖ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਬਾਣੀ ਦਾ ਕੀਰਤਨ ਆਪ ਜੀ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ ਪ੍ਰਭ ਤੇਰੇ ਪੱਗ ਕੀ ਧੂਰ ਇਸ ਸ਼ਬਦ ਦਾ ਕੀਰਤਨ ਇਸ ਸ਼ਬਦ ਦਾ ਕੀਰਤਨ ਆਪ ਜੀ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹੋ ਸਾਰੇ ਪਿਆਰ ਨਾਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਅਥਾਹ ਨਿਮਰਤਾ ਅਥਾਹ ਨਿਮਰਤਾ ਇੰਨੀ ਜ਼ਿਆਦੀ ਨਿਮਰਤਾ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੀ ਜਿਸ ਦਾ ਪਾਰਾਵਾਰ ਹੀ ਕੋਈ ਨਹੀਂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਦੇ ਹੈ ਜਦੋਂ ਵਾਹਿਗੁਰੂ ਦੇ ਨਾਲ ਇੱਕ ਮਿੱਕ ਅਵਸਥਾ ਬਣਦੀ ਹੈ ਤਾਂ ਵਾਹਿਗੁਰੂ ਜੀ ਨੂੰ ਆਪ ਬੇਨਤੀ ਕਰਦੇ ਹੈ ਕਹਿੰਦੇ ਹੇ ਵਾਹਿਗੁਰੂ ਜੀ ਹੇ ਪਰਮਾਤਮਾ ਜੀ
ਮਹਾਰਾਜ ਪਰਮੇਸ਼ਰ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਅਤੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਕਿਉਂ ਅਸੀਂ ਤੁਹਾਡੇ ਚਰਨਾਂ ਦੀ ਧੂੜ ਹਾਂ। ਦੂਜਾ ਅਰਥ ਇਹਦਾ ਇਹ ਵੀ ਹੈ, ਹੇ ਵਾਹਿਗੁਰੂ ਜੀ ਸਾਨੂੰ ਆਪ ਜੀ ਦੇ ਚਰਨਾਂ ਦੀ ਧੂੜੀ ਮਿਲਦੀ ਹੀ ਰਹੇ, ਪ੍ਰਾਪਤ ਹੁੰਦੀ ਰਹੇ। ਉਹਨੂੰ ਵੀ ਗੁਰਮੁਖੋ ਇਹੋ ਪੰਕਤੀ ਲਈ ਵਰਤਿਆ ਜਾਂਦਾ, ਇਹ ਸ਼ਬਦ, ਪ੍ਰਭ ਤੇਰੇ ਪੱਗ ਕੀ ਧੂੜ, ਹੇ ਵਾਹਿਗੁਰੂ ਸਾਨੂੰ ਆਪ ਜੀ ਦੇ ਚਰਨਾਂ ਦੀ ਧੂੜੀ ਮਿਲਦੀ ਰਹੇ, ਭਾਵ ਅਸੀਂ ਆਪ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਜੀ। ਦੀਨ ਦਿਆਲ ਪ੍ਰੀਤਮ ਮਨ ਮੋਹਨ, ਕਰ ਕਿਰਪਾ ਮੇਰੀ ਲੋਚਾ ਪੂਰ। ਹੇ ਵਾਹਿਗੁਰੂ ਤੁਸੀਂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਹੋ, ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਹੋ। ਆਖੋ ਸ਼੍ਰੀ ਵਾਹਿਗੁਰੂ, ਵਾਹਿਗੁਰੂ, ਫਿਰ ਕਹੋ ਸ਼੍ਰੀ ਵਾਹਿਗੁਰੂ, ਵਾਹਿਗੁਰੂ, ਫਿਰ ਕਹੋ ਵਾਹਿਗੁਰੂ। ਆਪ ਜੀ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਹੋ, ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ। ਦੀਨ ਹੁੰਦਾ ਨਿਮਾਣਾ ਨਤਾਣਾ ਜੀ, ਦੀਨਾਂ ਵਾਸਤੇ ਤੁਸੀਂ ਦਇਆਲ ਹੋ, ਦਇਆ ਦੇ ਘਰ ਹੋ। ਪ੍ਰੀਤਮ ਮਨ ਨੂੰ ਮੋਹਣ ਵਾਲੇ ਹੋ, ਕਰ ਕਿਰਪਾ ਮੇਰੀ ਲੋਚਾ ਪੂਰ, ਮੇਰੇ 'ਤੇ ਕਿਰਪਾ ਕਰੋ, ਮੇਰੀ ਇਹ ਇੱਛਾ ਪੂਰੀ ਕਰ ਦਿਓ, ਮੈਨੂੰ ਤੁਹਾਡੇ ਚਰਨਾਂ ਦੀ ਧੂੜੀ ਮਿਲਦੀ ਰਹੇ। ਪ੍ਰਭ ਤੇਰੇ ਪੱਗ ਕੀ ਧੂੜ, ਪ੍ਰਭ ਤੇਰੇ ਪੱਗ ਕੀ ਧੂੜ। ਸਾਰੇ ਪਿਆਰ ਨਾਲ ਅਰਦਾਸ ਕਰੋ ਨਾ ਮਾਤਾ ਦੇ ਚਰਨਾਂ 'ਚ, ਪ੍ਰਭ ਤੇਰੇ ਪੱਗ ਕੀ ਧੂੜ, 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 ਪ੍ਰਭ ਤੇਰੇ ਪੱਗ ਕੀ ਧੂੜ। ਸੱਚੇ ਪਾਤਸ਼ਾਹ ਮਿਹਰ ਕਰਨਾ ਇਹ ਅਵਸਥਾ ਸਾਡੀ ਬਣੇ ਜੀ। ਇੱਕ ਤਾਂ ਹੈਗਾ ਨਾ ਸਾਡੇ ਮਗਰ ਮਗਰ ਬੋਲਣਾ, ਬਾਣੀ ਪੜ੍ਹ ਕੇ ਬੋਲੀ ਜਾਣਾ, ਇੱਕ ਹੈਗਾ ਵੀ ਇਹ ਮੰਗ ਅੰਦਰੋਂ ਪੈਦਾ ਹੋ ਜਾਣੀ ਜੀ। ਇਹ ਪੈਦਾ ਹੋ ਜਾਣੀ ਬੜੀ ਵੱਡੀ ਗੱਲ ਹੈ, ਰੱਬ ਦੀ ਮਿਹਰ ਦੀ ਖੇਡ ਹੈ। ਸੋ ਫਿਰ ਕਹਿ ਦਿਓ, ਪ੍ਰਭ ਤੇਰੇ ਪੱਗ ਕੀ ਧੂੜ, ਪ੍ਰਭ ਤੇਰੇ ਪੱਗ ਕੀ ਧੂੜ, ਪ੍ਰਭ ਤੇਰੇ ਪੱਗ ਕੀ ਧੂੜ, ਪ੍ਰਭ ਤੇਰੇ ਪੱਗ ਕੀ ਧੂੜ।
ਸ੍ਰੀ ਵਾਹਿਗੁਰੂ ਵਾਹਿਗੁਰੂ। ਅੱਜ ਸਮਾਂ ਵੀ ਥੋੜ੍ਹਾ ਆਪਾਂ ਕੋਲ, ਕਥਾ ਵੀ ਪੂਰੀ ਕਰਨੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਬਿਭੌਰ ਸਾਹਿਬ ਦੇ ਇਲਾਕੇ ਵਿੱਚ ਸੱਦੇ ਹਨ ਜੀ। ਬਹੁਤ ਰਮਣੀਕ ਸਥਾਨ ਹੈ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਵਿਸਾਲੀ ਦਾ ਰਾਜਾ, ਉਹ ਵੀ ਬਿਭੌਰ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਹੈ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ, ਵਿਸਾਲੀ ਨਗਰ ਵੀ ਆਪ ਜੀ ਦਾ ਹੀ ਹੈ। ਆਪ ਜੀ ਮਹਾਰਾਜ ਉਹ ਨਗਰ ਛੱਡ ਕੇ ਇੱਥੇ ਆ ਗਏ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਤੁਰ ਹੀ ਪੈਣਾ ਸੀ ਵਿਸਾਲੀ ਨੂੰ, ਪਰ ਇਸ ਰਾਜੇ ਨੇ ਸਾਡੇ ਨਾਲ ਪਿਆਰ ਹੀ ਬੜਾ ਕੀਤਾ ਅਤੇ ਸਾਨੂੰ ਤੁਰਨ ਨਹੀਂ ਦਿੱਤਾ। ਜਦੋਂ ਇਸ ਤਰ੍ਹਾਂ ਦੇ ਬਚਨ ਕਹੇ, ਫਿਰ ਵਿਸਾਲੀ ਦੇ ਰਾਜੇ ਨੂੰ ਮਹਾਰਾਜ ਨੇ ਧੀਰਜ ਵੀ ਦਿੱਤਾ ਜੀ। ਧੀਰਜ ਕੀ ਦਿੱਤਾ? ਮਹਾਰਾਜ ਕਹਿੰਦੇ, ਤੇਰਾ ਕੋਈ ਕੰਮ ਅੜ ਜੇ, ਕੜਾ ਪ੍ਰਸ਼ਾਦ ਦੀ ਦੇਗ ਕਰਨੀ ਹੈ, ਸਾਡਾ ਧਿਆਨ ਧਾਰ ਕੇ ਅਰਦਾਸ ਕਰਨੀ ਹੈ, ਅਸੀਂ ਸਹਾਇਤਾ ਕਰਾਂਗੇ। ਕਹਿਣ ਲੱਗੇ, ਆਖੋ ਸ਼੍ਰੀ ਵਾਹਿਗੁਰੂ। ਸੰਗਤ ਜੀ, ਇਹ ਹੁਣ ਬਚਨ ਇਕੱਲਾ ਵਿਸਾਲੀ ਦੇ ਰਾਜੇ ਵਾਸਤੇ ਨਹੀਂ ਹੈਗਾ ਜੀ, ਇਹ ਸਾਡੇ ਵਾਸਤੇ ਵੀ ਹੈ। ਕੋਈ ਕੰਮ ਅੜ ਜਾਵੇ ਅਤੇ ਕੜਾ ਪ੍ਰਸ਼ਾਦ ਦੀ ਦੇਗ ਕਰਕੇ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕਰੋ, ਮਹਾਰਾਜ ਰਾਖੀ ਕਰ ਦਿੰਦੇ, ਸਹਾਇਤਾ ਕਰ ਦਿੰਦੇ ਜੀ। ਕਿਉਂਕਿ ਰਾਜੇ ਮਗਰ ਲੱਗੇ ਆ, ਰਾਜਨੀਤਿਕ ਗੱਲ ਵੀ ਕਰਨੀ ਸੀ ਮਹਾਰਾਜ ਨੇ। ਮਹਾਰਾਜ ਕਹਿਣ ਲੱਗੇ, ਸਾਡੇ ਆਉਣ ਮਗਰੋਂ ਤੈਨੂੰ ਕੋਈ ਵੀ ਤੰਗ ਕਰਦਾ, ਇੱਕ ਵਾਰੀ ਸੁਨੇਹਾ ਪਹੁੰਚਾ ਦੀ। ਮਹਾਰਾਜ ਕਹਿੰਦੇ, ਖਾਲਸਾ ਤੁਰੰਤ ਤੇਰੀ ਮਦਦ ਲਈ ਪਹੁੰਚ ਜਾਏਗਾ, ਤੁਰੰਤ ਹੀ। ਇਹ ਕਹਿ ਕੇ ਵਿਸਾਲੀ ਦੇ ਰਾਜੇ ਨੂੰ ਸਤਿਗੁਰੂ ਜੀ ਨੇ ਤੋਰਿਆ। ਹੁਣ ਮਹਾਰਾਜ ਬਿਭੌਰ ਸਾਹਿਬ ਬੈਠੇ ਨੇ ਜੀ। ਬੜਾ ਰਮਣੀਕ ਅਸਥਾਨ ਹੈ, ਬੜੇ ਆਨੰਦ ਵਾਲਾ ਅਸਥਾਨ ਹੈ, ਬਹੁਤ ਸ਼ਾਂਤੀ ਵਾਲਾ ਅਸਥਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਵੇਖ ਵੇਖ ਕੇ ਬੜੇ ਖੁਸ਼ ਹੋਣ। ਸਿੰਘਾਂ ਨੂੰ ਫਿਰ ਮਹਾਰਾਜ ਨੇ ਦੱਸਿਆ, ਮਹਾਰਾਜ ਕਹਿੰਦੇ, ਪੁਰਾਣੀ ਤਪੀਆਂ ਦੀ ਧਰਤੀ ਹੈ ਬਿਭੌਰ ਸਾਹਿਬ, ਇੱਥੇ ਬ੍ਰਹਮਾ ਜੀ ਵਰਗਿਆਂ ਨੇ ਵੀ ਆ ਕੇ ਜਪ ਤਪ ਕੀਤਾ, ਸਿਮਰਨ ਕੀਤਾ, ਤਾਂਹੀਓ ਮਹਾਰਾਜ ਕਹਿੰਦੇ ਇਸ ਥਾਂ ਦਾ ਨਾਮ ਕਲੇਸ਼ਰ ਵੀ ਰੱਖਿਆ ਸੀ ਬ੍ਰਹਮਾ ਜੀ ਨੇ, ਕਲੇਸ਼ਰ ਵੀ ਇਸ ਥਾਂ ਨੂੰ ਕਿਹਾ ਸੀ। ਹਾਂਜੀ, ਸੋ ਮਹਾਰਾਜ ਕਹਿੰਦੇ ਇੱਥੇ ਤਾਂ ਇੰਨਾ ਮਨ ਜੁੜਦਾ, ਆਪਣੇ ਮਨ ਨੂੰ ਰੋਕ ਕੇ ਇੱਥੇ ਰੱਬ ਦੇ ਪਿਆਰਿਆਂ ਨੇ ਨਾਮ ਜਪਿਆ। ਚਲੋ, ਕੱਲ੍ਹ ਇਹ ਗੱਲਾਂ ਹੋ ਗਈਆਂ ਨੇ ਮਨ ਨੂੰ ਰੋਕਣ ਬਾਰੇ ਵੀ, ਪਰ ਮੈਂ ਫਿਰ ਬੇਨਤੀ ਕਰਦਾ, ਕਿਸੇ ਰੱਬੀ ਅਸਥਾਨ ਉੱਤੇ ਜਾ ਕੇ ਬਹਿ ਜਾਓ, ਚੌਂਕੜਾ ਮਾਰੋ, ਨੇਤਰ ਬੰਦ ਕਰੋ ਅਤੇ ਫੋਨ ਨੂੰ ਕਰ ਦਿਓ ਸਵਿੱਚ ਆਫ। ਹਾਂਜੀ, ਅਤੇ ਫਿਰ ਆਸੇ ਪਾਸੇ ਦਾ ਧਿਆਨ ਨਾ ਹੋਵੇ ਜੀ, ਫਿਰ ਵੇਖਿਓ ਤੁਹਾਡੀ ਗੱਲ ਬਣਦੀ। ਹਾਂਜੀ, ਹੁਣ ਇਹ ਜਿਹੜੀਆਂ ਬਖਸ਼ਿਸ਼ਾਂ ਨੇ ਗੁਰਮੁਖੋ ਰੱਬੀ ਅਸਥਾਨਾਂ 'ਤੇ ਹਨ, ਰੱਬੀ ਅਸਥਾਨਾਂ 'ਤੇ ਹਨ।
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਜ਼ਰੂਰ ਭਬੌਰ ਸਾਹਿਬ ਜਾਇਆ ਕਰੋ। ਉੱਥੇ ਬੈਠ ਕੇ ਹੋਰ ਨਹੀਂ ਤਾਂ ਚੌਪਈ ਸਾਹਿਬ ਦਾ ਹੀ ਪਾਠ ਕਰ ਲਿਆ ਕਰੋ। ਮਹਾਰਾਜ ਨੇ ਬਾਣੀ ਉਚਾਰੀ, ਸਾਹਮਣੇ ਘਾਟ ਸਾਹਿਬ ਜਾਓ, ਉਹ ਹੋਰ ਇਕਾਂਤ ਵਾਲੀ ਅਸਥਾਨ ਹੈ। ਅਤੇ ਜੇ ਬਾਬੇ ਰਾੜੇ ਵਾਲੇ ਮਹਾਂਪੁਰਖਾਂ ਦੇ ਜਿੱਥੇ ਉਹਨਾਂ ਦਾ ਸਰੀਰ ਪ੍ਰਵਾਹ ਕੀਤਾ ਜੀ, ਉੱਥੇ ਅਸਥਾਨ, ਉੱਥੇ ਜਾਓ, ਉੱਥੇ ਹੋਰ ਇਕਾਗਰਤਾ ਹੈਗੀ ਆ ਜੀ। ਕਿਉਂਕਿ ਜਿਹੜੀ ਨੇਚਰ ਹੈ ਨਾ, ਪਹਾੜ ਹੈ, ਰੁੱਖ ਹੈ, ਦਰਿਆ ਹੈ, ਇਹ ਬੰਦੇ ਨੂੰ ਮਨ ਜੁੜਨ ਵਿੱਚ ਸਹਾਈ ਹੁੰਦੇ ਜੀ, ਮਨ ਜੁੜਨ ਵਿੱਚ ਸਹਾਈ ਹੁੰਦੇ ਜੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਵਿਚਰ ਰਹੇ ਹੈ। ਸਿੱਖ ਕਹਿੰਦੇ ਮਹਾਰਾਜ ਉਹ ਫਿਰ ਜਪੀ ਤਪੀ ਛਕਦੇ ਕੀ ਸੀ? ਮਹਾਰਾਜ ਕਹਿੰਦੇ ਫੁੱਲ ਪੱਤੇ ਛਕਦੇ ਸੀ, ਫੁੱਲ ਪੱਤੇ ਛਕਦੇ ਸੀ। ਭਗਤ ਧਰੂ ਜੀ ਨੇ ਨਾਮ ਜਪਿਆ ਅਤੇ ਬਹੁਤ ਸਮਾਂ ਫਲ ਖਾਧੇ ਜੀ, ਫਿਰ ਪੱਤੇ ਖਾਧੇ ਜੀ, ਫਿਰ ਪਾਣੀ 'ਤੇ ਆ ਗਏ, ਫਿਰ ਹਵਾ 'ਤੇ ਆ ਗਏ ਸਨ ਜੀ। ਅਤੇ ਐਵੇਂ ਨਹੀਂ ਐਡਾ ਵੱਡਾ ਪ੍ਰਤਾਪ ਭਗਤ ਧਰੂ ਜੀ ਦਾ ਬਣਿਆ ਜੀ। ਹੁਣ ਇੱਕ ਹੋਰ ਗੱਲ ਹੈ ਵੀ ਇਹੋ ਜਿਹੇ ਬਚਨ ਸੰਗਤ ਸੁਣਦੀ ਘੱਟ ਹੈ। ਆਖੋ ਸ਼੍ਰੀ ਵਾਹਿਗੁਰੂ। ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੈ ਉਹ ਤਾਂ ਬੜੇ ਸਿਦਕ ਨਾਲ ਪਿਆਰ ਨਾਲ ਸੁਣਦੇ ਆ, ਨਹੀਂ ਤਾਂ ਆਹ 2-3 ਸਾਲ ਤੋਂ ਜੀ ਜਿੰਨੇ ਪੱਤਰਕਾਰ ਵਧੇ ਹੈ, ਜਿੰਨੇ TV ਚੈਨਲ ਵਧੇ ਹੈ, ਗੁਰਮੁਖੋ ਉਹਨਾਂ ਨੂੰ ਪੱਤਰਕਾਰ ਬਣ ਜਾਂਦੇ ਆ। ਕਈ ਤਾਂ ਬੜੇ ਚੰਗੇ ਹੁੰਦੇ ਆ, ਕਈਆਂ ਨੂੰ ਪਤਾ ਹੀ ਕੱਖ ਨਹੀਂ ਜੀ, ਉਹ ਵੀ ਸਵਾਲ ਕਰਦੇ ਪੁੱਠੇ ਸਿੱਧੇ ਜੀ। ਜਿਨ੍ਹਾਂ ਦਾ ਜਿਹੜਾ ਸਵਾਲ ਹੀ ਨਹੀਂ ਬਣਦਾ ਉਹਦਾ ਜਵਾਬ ਬੰਦੇ ਨੇ ਕੀ ਦੇਣਾ ਜੀ? ਅਤੇ ਉਹ ਯੂਟਿਊਬ 'ਤੇ ਪਾਈ ਜਾਂਦੇ, ਲੋਕ ਉਹਨਾਂ ਦੇ ਲੱਖਾਂ ਵਿਊ ਹੁੰਦੇ, ਲੱਖਾਂ ਵਿਊ ਜੀ। ਆਮ ਦੀਆਂ ਗੱਲਾਂ ਬੰਦੇ ਬੈਠੇ ਗੱਲਾਂ ਕਰਨ ਦੇ, ਨਿੰਦਿਆ ਚੁਗਲੀ ਦੀਆਂ ਲੋਕ ਸੁਣ ਰਹੇ ਆ, ਮਿਲੀਅਨ 'ਚ ਵਿਊ ਹੈਗੇ ਜੀ। ਕਾਰਨ ਇਹ ਮਿਲੀਅਨ ਉਹ ਲੋਕ ਨੇ ਜਿਹੜੇ ਨਿੰਦਿਆ ਚੁਗਲੀ ਸੁਣ ਕੇ ਰਾਜੀ ਨੇ, ਲੱਖਾਂ ਉਹ ਬੰਦੇ ਸੁਣ ਉਹ ਬੰਦੇ ਨੇ ਜਿਹੜੇ ਆਮ ਗੱਲਾਂ ਸੁਣ ਕੇ ਰਾਜੀ ਹੈਗੇ ਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕਥਾ ਕੱਢੋ ਨੈੱਟ ਤੋਂ, 700-800 ਵਿਊ ਹੋਏਗਾ ਜੀ ਸਾਰਾ। ਤੱਤ ਦੀ ਕਥਾ ਸੁਣਨ ਵਾਲੇ ਥੋੜ੍ਹੇ ਨੇ ਅਤੇ ਗੱਲਾਂ ਬਾਤਾਂ ਦਾ ਮਸਾਲਾ ਸੁਣਨ ਵਾਲੇ ਬੜੇ ਜ਼ਿਆਦਾ ਨੇ ਜੀ। ਹਾਂਜੀ, ਆਮ ਜਿਹਾ ਬੰਦਾ ਉਹਨੇ ਹੈਡਿੰਗ ਬਣਾਈ ਜੀ ਲੜਾਈ ਝਗੜੇ ਦੀ, 2-4 ਸਵਾਲ ਹਾਈਲਾਈਟ ਕੀਤੇ ਜੀ, ਮਿਲੀਅਨ 'ਚ ਵਿਊ ਜੀ ਉਹਦੇ, ਮਿਲੀਅਨ 'ਚ। ਮੈਂ ਜਦੋਂ ਵੇਖਿਆ ਸਿਰ ਨੂੰ ਹੱਥ ਮਾਰਿਆ, ਇਹ ਮਿਲੀਅਨ ਉਹ ਬੰਦੇ ਨੇ ਜਿਹੜੇ ਆਮ ਗੱਲਾਂ ਸੁਣ ਕੇ ਰਾਜੀ ਨੇ। ਇਸ ਕਰਕੇ ਮੈਂ ਇਹ ਵੀ ਇੱਕ ਤੁਹਾਨੂੰ ਬੇਨਤੀ ਕਰਨੀ ਹੈ ਕਥਾ ਆਰੰਭ ਕਰਨ ਤੋਂ ਪਹਿਲਾਂ, ਆਪਣੇ ਨਾਲ ਦੀਆਂ ਆਸੇ ਪਾਸੇ ਸੰਗਤਾਂ ਨੂੰ ਬੇਨਤੀ ਕਰਿਆ ਕਰੋ ਵੀ ਭਾਈ ਇਹਨਾਂ ਪੱਤਰਕਾਰਾਂ ਨੂੰ, ਇਹਨਾਂ ਦੇ ਮਾੜੇ ਮੋਟੇ ਜਿਹੇ ਚੈਨਲਾਂ ਨੂੰ ਸੁਣ ਕੇ ਕੱਖ ਨਹੀਂ ਮਿਲਣਾ। ਦੱਸੋ ਉਹਨਾਂ ਮਿਲੀਅਨਾਂ 'ਚੋਂ ਕਿਹੜਾ ਬ੍ਰਹਮ ਗਿਆਨੀ ਬਣ ਗਿਆ ਜੀ? ਕਿੰਨੇ ਚੌਂਕੜਾ ਮਾਰ ਲਿਆ, ਕਿੰਨੇ ਚਿੱਤ ਜੋੜ ਲਿਆ ਨਾਮ ਨਾਲ ਜੀ? ਸੰਤਾਂ ਭਗਤਾਂ ਗੁਰਮੁਖਾਂ ਦੀ ਕਥਾ ਸੁਣਿਆ ਕਰੋ, ਕਥਾ ਸੁਣਿਆ ਕਰੋ। ਮਹਾਰਾਜ ਵੀ ਕਥਾ ਕਰ ਰਹੇ ਪਰ ਮਹਾਰਾਜ ਆਮ ਗੱਲਾਂ ਨਹੀਂ ਕਰ ਰਹੇ, ਮਹਾਰਾਜ ਉਹਨਾਂ ਦੀ ਗੱਲ ਕਰ ਰਹੇ ਜਿਹਨਾਂ ਜਪ ਤਪ ਕੀਤਾ, ਨਾਮ ਜਪਿਆ ਜੀ, ਜਿਹਨਾਂ ਪੱਤੇ ਖਾਧੇ, ਜਿਹਨਾਂ ਫੁੱਲ ਖਾਧੇ, ਜਿਹਨਾਂ ਫਲ ਖਾਧੇ,
ਅਤੇ ਨਾਮ ਜਪਿਆ ਅਟੰਕ ਹੋ ਕੇ, ਅਟੰਕ ਹੋ ਕੇ। ਯੂਟਿਊਬ 'ਤੇ ਵੇਖਿਆ ਕਰੋ, ਜਿਹਦੇ ਵਿੱਚ ਨਾਮ ਦੀ ਗੱਲ ਨਜ਼ਰ ਨਹੀਂ ਆਉਂਦੀ ਉਸ ਚੈਨਲ ਨੂੰ ਸਬਸਕ੍ਰਾਈਬ ਹੀ ਨਹੀਂ ਕਰਨਾ। ਜੇ ਸਬਸਕ੍ਰਾਈਬ ਹੈ ਤਾਂ ਉਹਨੂੰ ਕੱਢ ਦਿਓ ਆਪਣੀ ਸਬਸਕ੍ਰਾਈਬ ਲਿਸਟ 'ਚੋਂ। ਨਾ ਭਾਈ, ਅਸੀਂ ਨਹੀਂ ਇਹ ਗੱਲ ਸੁਣਨੀ, ਇਹਦੇ 'ਚ ਨਾਮ ਦੀ ਗੱਲ ਨਹੀਂ ਹੈਗੀ। ਸੋ ਮਹਾਰਾਜ ਸਤਿਗੁਰੂ ਕਿਰਪਾ ਕਰਨ, ਬਾਜਾਂ ਵਾਲੇ ਸਤਿਗੁਰੂ ਜੀ ਬਿਭੌਰ ਸਾਹਿਬ ਵਿਚਰ ਰਹੇ ਹੈ, ਆਓ ਬੜੇ ਪਿਆਰ ਨਾਲ ਸੁਣੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮ੍ਰਿਗੀਆਂ ਕਰਤੇ ਵਿਚਰੈ ਕਬੈ, ਸਿੰਘ ਅਰੂਢਹਿ ਸੰਗੀ ਸਬੈ। ਸ਼ਿਕਾਰ ਖੇਡਦੇ ਹਨ ਸੱਚੇ ਪਾਤਸ਼ਾਹ ਗਰੀਬ ਨਵਾਜ, ਹਾਂਜੀ ਸ਼ਿਕਾਰ ਖੇਡਦੇ ਨੇ ਸਤਿਗੁਰੂ ਜੀ ਸਿੰਘਾਂ ਦੇ ਨਾਲ, ਭਬੌਰ ਸਾਹਿਬ ਦੇ ਇਲਾਕੇ ਵਿੱਚ ਬੜੇ ਪਿਆਰ ਨਾਲ ਵਿਚਰ ਰਹੇ ਹਨ। ਕਬਹੂ ਗੁਰ ਨੰਦਨ ਚੜ ਜਾਵੇ, ਕਦੀ ਕਦੀ ਫਿਰ ਬਾਬਾ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਇਹ ਵੀ ਚੜ ਕੇ ਨਾਲ ਜਾਂਦੇ ਆ ਜੀ। ਬਾਬਾ ਫਤਿਹ ਸਿੰਘ ਜੀ, ਇਹ ਵੀ ਨਾਲ ਚੜ ਕੇ ਜਾਂਦੇ ਆ ਜੀ। ਸੈਲ ਕਰਹਿ ਜੇਤਿਕ ਮਨ ਭਾਵੈ, ਬਾਬਾ ਫਤਿਹ ਸਿੰਘ ਜੀ ਦੀ ਤਾਂ ਉਮਰ ਬਹੁਤ ਛੋਟੀ ਸੀ ਉਦੋਂ। ਆਖੋ ਸ਼੍ਰੀ ਵਾਹਿਗੁਰੂ। ਪਰ ਮਹਾਰਾਜ ਸੱਚੇ ਪਾਤਸ਼ਾਹ ਸੈਲ ਕਰ ਰਹੇ ਹੈ। ਅੱਛਾ, ਇਹ ਵੀ ਬੇਨਤੀ ਹੈ, ਕਈਆਂ ਨੇ ਕਹਿਣਾ ਵੀ ਅੰਮ੍ਰਿਤ ਦਾ ਬਾਟਾ ਤਾਂ ਪਹਿਲਾਂ ਤਿਆਰ ਹੋ ਗਿਆ ਅਤੇ ਬਿਭੌਰ ਸਾਹਿਬ ਬਾਅਦ 'ਚੋਂ ਗਏ ਅਤੇ ਫਿਰ ਚੌਪਈ ਸਾਹਿਬ, ਇਹ ਮਹਾਰਾਜ ਨੇ ਪਹਿਲਾਂ ਉਚਾਰੀ ਹੈ ਜੀ। ਹਾਂਜੀ, ਊਚ ਨੀਚ ਥਲ ਬਿਖਮ ਕਹਿ ਸਮ ਹੈ, ਉੱਚੀਆਂ ਵੀ ਥਾਵਾਂ ਨੇ, ਵਿੱਚ ਖਾਈਆਂ ਵੀ ਨੇ, ਕੁਝ ਬਰਾਬਰ ਥਾਵਾਂ ਵੀ ਨੇ। ਹਾਂਜੀ, ਬਹੁ ਰਮਣੀਕ ਸੁਗਮ ਦੁਰਗਮ ਹੈ, ਬੜਾ ਹੀ ਰਮਣੀਕ ਸਥਾਨ ਹੈ, ਬੜਾ ਹੀ ਰਮਣੀਕ ਸਥਾਨ ਹੈ। ਸਾਰਿਆਂ ਨੂੰ ਹੀ ਬੜਾ ਚੰਗਾ ਲੱਗਦਾ, ਸਾਰੇ ਖਾਲਸੇ ਨੂੰ ਬਿਭੌਰ ਸਾਹਿਬ ਬੜਾ ਚੰਗਾ ਲੱਗਦਾ ਜੀ। ਚਲਤ ਬੇਗ ਤੇ ਨਿਰਮਲਵਾ ਹੈ, ਬਿਨਾਂ ਧੂਲ ਬਨ ਮਗ ਅਗਵਾ ਹੈ। ਐਨ ਫਿਰ ਲਾਗੇ ਦਰਿਆ ਨਾ ਜੀ, ਨਿਰਮਲ ਜਲ ਚੱਲ ਰਿਹਾ ਜੀ, ਬਿਲਕੁਲ ਜਿਹਦੇ ਵਿੱਚ ਧੂੜ ਮਿੱਟੀ ਨਹੀਂ ਹੈਗੀ, ਹੁਣ ਤਾਂ ਸਭ ਕੁਝ ਗੰਦਲਾ ਹੋ ਗਿਆ ਜੀ। ਹਾਂਜੀ, ਕੁਸਮਤ ਬਨ ਕੀ ਪ੍ਰਭਾ ਬਿਲੋਕੈ, ਮਗਨੇ ਅਧਿਕ ਸੁਗੰਧੀ ਰੋਕੈ। ਕੁਸਮਤ ਬਨ ਕੀ ਪ੍ਰਭਾ ਬਿਲੋਕੈ, ਹਾਂਜੀ ਉਹ ਕੁਸਮ, ਕੁਸਮ ਹੁੰਦੇ ਸੋਹਣੇ ਸੋਹਣੇ ਫੁੱਲ, ਬੜੇ ਬੜੇ ਸੋਹਣੇ ਫੁੱਲ ਨੇ, ਸੰਘਣੇ ਫੁੱਲ ਨੇ, ਖੁਸ਼ਬੂਆਂ ਦਿੰਦੇ ਆ ਜੀ। ਇਹ ਸਾਰਾ ਕੁਝ ਮਨ ਉੱਤੇ ਅਸਰ ਕਰਦਾ ਜੇ। ਇੱਕ ਸਿੰਘ ਮੈਨੂੰ ਕਹਿੰਦਾ ਜੀ, ਭਾਈ ਵੀਰ ਸਿੰਘ ਬਾਗਾਂ ਦਾ ਹੀ ਜ਼ਿਕਰ ਕਰੀ ਜਾਂਦੇ, ਨਹਿਰਾਂ ਦਾ ਹੀ ਜ਼ਿਕਰ ਕਰੀ ਜਾਂਦੇ ਜੀ। ਗੁਰਮੁਖੋ ਸੁਗੰਧੀ ਦਾ ਤੁਹਾਡੇ ਮਨ ਉੱਤੇ ਬੜਾ ਹੀ ਅਸਰ ਹੈਗਾ ਜੀ, ਦੁਰਗੰਧੀ ਦਾ ਵੀ ਅਸਰ ਹੈਗਾ ਜੀ, ਮਾੜੀ ਬਦਬੂ ਤੁਹਾਡੇ ਅੰਦਰ ਨੂੰ ਜੁੜਨ ਨਹੀਂ ਦਏਗੀ ਜੀ। ਹਾਂਜੀ, ਜਹ ਲੱਗ ਇੱਛਾ ਹੈ ਵਿਚਰਤ ਆਵੇ, ਇਸ ਕਰਕੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਵੀ ਗੁਰਦੁਆਰੇ ਜਿੱਥੇ ਸੰਗਤ ਨੇ ਬੈਠ ਕੇ ਕਥਾ ਕੀਰਤਨ ਸੁਣਨਾ, ਉੱਥੇ ਸੁਗੰਧੀ ਦਾ ਪ੍ਰਬੰਧ ਹੋਵੇ ਜੀ, ਉੱਥੇ ਆਨੰਦ ਹੋਵੇ। ਸਿੱਖ ਮਹਾਰਾਜ ਦੇ ਨਾਲ ਨੇ, ਮਹਾਰਾਜ ਆਸੇ ਪਾਸੇ ਵਿਚਰਦੇ ਹੈ, ਬੜਾ ਹੀ ਆਨੰਦ ਬਣਦਾ ਹੈ। ਹਾਂਜੀ, ਇਸ ਪ੍ਰਕਾਰ ਨਿਸਦਿਓਸ ਬਿਤਾਵੇ, ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਦਿਨ ਰਾਤ
ਬਭੌਰ ਸਾਹਿਬ ਦੀ ਧਰਤੀ 'ਤੇ ਬੜਾ ਹੀ ਆਨੰਦ ਲੈਂਦੇ ਹੈ, ਬੜਾ ਹੀ ਆਨੰਦ ਲੈਂਦੇ ਹਨ ਸੱਚੇ ਪਾਤਸ਼ਾਹ। ਦੇਸ਼ ਵਿਦੇਸ਼ਨ ਵਿਦਤ ਮਹਾਨ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਮੁਖੋ ਇਹ ਗੱਲ ਪ੍ਰਸਿੱਧ ਹੋ ਗਈ ਵੀ ਸੱਚੇ ਪਾਤਸ਼ਾਹ ਬਭੌਰ ਸਾਹਿਬ ਦੀ ਧਰਤੀ 'ਤੇ ਹਨ, ਮਹਾਰਾਜ ਉੱਥੇ ਸੰਗਤ ਨੂੰ ਉਤਾਰ ਰਹੇ ਹਨ। ਸਤਿਗੁਰ ਬਸੈ ਜਾਏ ਤੇ ਸਥਾਨ, ਤੇ ਸੰਗਤ ਫਿਰ ਉੱਧਰ ਹੀ ਜਾਏਗੀ ਜਿੱਧਰ ਮਹਾਰਾਜ ਬੈਠੇ ਹੈ। ਸੰਗਤਾਂ ਮਹਾਰਾਜ ਸਤਿਗੁਰਾਂ ਦੇ ਨਾਲ ਨਾਲ, ਜਿੱਧਰ ਮਹਾਰਾਜ ਉੱਧਰ ਗੁਰੂ ਗੀਆਂ ਸੰਗਤਾਂ। ਸੁਣ ਸੁਣ ਕਰ ਸਿੱਖ ਸੰਗਤ ਸਾਰੀ, ਸੰਗਤਾਂ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਬਭੌਰ ਸਾਹਿਬ ਬੈਠੇ ਹਨ। ਆਵਹਿ ਦਰਸ਼ਨ ਇੱਛਾ ਧਾਰੀ, ਬਸ ਫਿਰ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ। ਮਨ ਵਿੱਚ ਕਈ ਇੱਛਾਵਾਂ ਹੁੰਦੀਆਂ ਨੇ। ਆਖੋ ਸ਼੍ਰੀ ਵਾਹਿਗੁਰੂ। ਹਾਂਜੀ, ਪੂਰਬ ਦੱਖਣ ਪੱਛਮ ਕੇਰੇ, ਉੱਤਰ ਦੱਖਣ ਪੂਰਬ ਪੱਛਮ ਸਾਰੀਆਂ ਦਿਸ਼ਾਵਾਂ ਵਿੱਚੋਂ ਗੁਰੂ ਕੀਆਂ ਸੰਗਤਾਂ ਆਉਂਦੀਆਂ ਨੇ। ਬਾਣੀ 'ਚ ਲਿਖਿਆ ਉੱਤਰ ਦੱਖਣ ਪੂਬੇ ਅਰ ਪੱਛਮ ਜੈ ਜੈਕਾਰ ਜਪੰਥ ਨਰਾ। ਹਾਂਜੀ, ਲੈ ਲੈ ਕਰ ਉਪਹਾਰ ਕਨੇਰੇ, ਖਾਲੀ ਹੱਥ ਨਹੀਂ ਆਉਂਦੇ ਜੀ। ਕੋਈ ਕੁਝ ਲੈ ਕੇ ਆ ਰਿਹਾ, ਕੋਈ ਕੁਝ ਲੈ ਕੇ ਆ ਰਿਹਾ, ਕੋਈ ਕਸ਼ਮੀਰ 'ਚੋਂ ਆ ਰਿਹਾ, ਉੱਥੋਂ ਦੀਆਂ ਸੌਗਾਤਾਂ ਲੈ ਕੇ ਆ ਰਿਹਾ। ਹਾਂਜੀ, ਕੋਈ ਢਾਕੇ ਬੰਗਾਲ ਵਿੱਚੋਂ ਆ ਰਿਹਾ, ਉਸ ਇਲਾਕੇ ਦੀ ਵਧੀਆ ਚੀਜ਼ ਲੈ ਕੇ ਆ ਰਿਹਾ ਜੀ। ਹਾਂਜੀ, ਪਰੇ ਬਹੀਰ ਚੱਲੇ ਬਹੁ ਆਵੇ, ਇਹ ਤਾਂ ਆਪੋ ਆਪਣਾ ਪਿਆਰ ਹੈਗਾ ਜੀ, ਆਪੋ ਆਪਣਾ ਪਿਆਰ ਹੈਗਾ ਜੀ। ਕਥਾ ਸੁਣ ਕੇ ਨਾ, ਇੱਕ ਗੁਰੂ ਕਾ ਪਿਆਰਾ ਸਿੱਖ ਇਟਲੀ ਵਿੱਚ ਕੰਮ ਕਰਦਾ ਜੀ। ਉੱਥੇ ਉਹ ਫੁੱਲਾਂ ਦੇ ਬੁੱਕੇ ਬਣਾਉਂਦਾ ਜੀ, ਉਹ ਗੁਰੂ ਕਾ ਪਿਆਰਾ ਸਿੱਖ। ਮਹਾਰਾਜ ਦੇ ਘਰੋਂ ਉਹਨੂੰ ਪੁੱਤਰ ਦੀ ਦਾਤ ਮਿਲੀ ਸੀ, ਸ਼ੁਕਰਾਨਾ ਕਰਨ ਲਈ ਆਏ। ਉਹ ਇਟਲੀ ਦੇ ਵਿੱਚੋਂ, ਉੱਥੇ ਬੜੇ ਬੜੇ ਵਧੀਆ ਫੁੱਲ ਹੋਣਗੇ ਇਟਲੀ ਦੇ ਜੀ, ਉੱਥੋਂ ਫੁੱਲਾਂ ਦਾ ਬੁੱਕੇ ਬਣਾ ਕੇ ਗੁਰੂ ਰਾਮਦਾਸ ਜੀ ਨੂੰ ਭੇਟ ਕਰਨ ਵਾਸਤੇ ਆਇਆ ਜੀ, ਇਟਲੀ 'ਚੋਂ ਜੀ, ਵੀ ਸਾਡੇ ਇਲਾਕੇ ਦੇ ਵਧੀਆ ਫੁੱਲ ਗੁਰੂ ਜੀ ਨੂੰ ਭੇਟ ਕਰਨੇ ਆ। ਇਸੇ ਤਰ੍ਹਾਂ ਆਪੋ ਆਪਣੇ ਇਲਾਕੇ ਦੀਆਂ ਵਸਤੂਆਂ ਸਿੱਖ ਮਹਾਰਾਜ ਨੂੰ ਭੇਟ ਕਰ ਰਹੇ ਹਨ। ਪਰੇ ਬਹੀਰ ਚੱਲੇ ਬਹੁ ਆਵੇ, ਐਨ ਬਹੀਰਾਂ ਘੱਤ ਘੱਤ ਕੇ 100-100, 200-200 ਦੇ ਜੱਥੇ ਬਭੌਰ ਸਾਹਿਬ ਪਹੁੰਚਣ ਲੱਗ ਪਏ ਜੀ। ਗੁਰਬਾਣੀ ਪਠ ਗੁਰ ਗੁਰ ਧਿਆਵੇ, ਵਾਹ ਵਾਹ, ਆਉਂਦੇ ਕੀ ਕਰਦੇ ਜੀ, ਵਾਹਿਗੁਰੂ 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 ਜਪਦੇ, ਗੁਰੂ ਕੀ ਬਾਣੀ ਪੜ੍ਹਦੇ ਆਉਂਦੇ ਜੀ। ਜਦੋਂ ਗੁਰਦੁਆਰੇ ਆਉਣਾ, ਹਾਂਜੀ, ਜਦੋਂ ਗੁਰਦੁਆਰੇ ਆਉਣਾ ਹੈ, ਕੋਸ਼ਿਸ਼ ਕਰਨੀ ਹੈ ਰਸਤੇ 'ਚ ਕਿਸੇ ਨਾਲ ਗੱਲ ਨਹੀਂ ਕਰਨੀ, ਵਾਹਿਗੁਰੂ ਵਾਹਿਗੁਰੂ ਕਰਦਿਆਂ ਬਾਣੀ ਪੜ੍ਹਦਿਆਂ ਗੁਰੂ ਘਰ ਆਉਣਾ ਹੈ। ਇੱਥੇ ਆਉਂਦਿਆਂ ਸਾਰ ਤੁਹਾਡਾ ਮਨ ਜੁੜੇਗਾ, ਅਤੇ ਜਦੋਂ ਸਾਰੇ ਸਮਾਜ ਦੀਆਂ ਗੱਲਾਂ ਕਰਦਿਆਂ ਫੇਸਬੁੱਕ ਚਲਾਉਂਦੇ ਆ, ਗੁਰਦੁਆਰੇ ਆ ਕੇ ਬਹਿਣਾ, ਫਿਰ ਧਿਆਨ ਤਾਂ ਫੇਸਬੁੱਕ ਵਿੱਚ ਹੀ ਰਹਿਣਾ ਹੈ ਨਾ। ਆਉਣ ਦਾ ਤਰੀਕਾ ਵੀ ਹੋਣਾ ਚਾਹੀਦਾ ਵੀ ਗੁਰੂ ਘਰ ਵਿੱਚ ਆਉਣਾ ਕਿਵੇਂ ਹੈ, ਫਿਰ ਬੈਠਣਾ ਕਿਵੇਂ ਹੈ, ਫਿਰ ਉੱਥੋਂ ਜਾਣਾ ਕਿਵੇਂ ਹੈ। ਸੰਗਤਾਂ ਗੁਰੂ ਦੀ ਬਾਣੀ ਪੜ੍ਹਦੀਆਂ ਆ ਰਹੀਆਂ ਹਨ, ਬੜੇ ਪਿਆਰ ਨਾਲ ਬਾਣੀ ਪੜ੍ਹ ਰਹੀਆਂ ਹਨ। ਹਾਂਜੀ, ਕੇਤਕ ਸੰਗਤ ਸ਼ਸਤਰਨ ਧਾਰੀ, ਕਈ ਤਾਂ ਸੰਗਤ ਸ਼ਸਤਰ ਧਾਰੀ ਆ ਜੀ, ਵੱਡੀਆਂ ਤਲਵਾਰਾਂ ਪਾਈਆਂ ਨੇ ਉਹਨਾਂ ਨੇ। ਹਾਂਜੀ, ਬਨ ਸੁਚੇਤ ਆਵਤ ਬਲ ਭਾਰੀ, ਉਹ ਤਾਂ ਸੁਚੇਤ ਹੋ ਕੇ ਆਉਂਦੀਆਂ ਜੀ,
ਵੀ ਜੇ ਕੋਈ ਰਸਤੇ 'ਚ ਟੱਕਰਿਆ ਤਾਂ ਫਿਰ ਉਹਨੂੰ ਮਜ਼ਾ ਚਖਾਵਾਂਗੇ। ਦੁਸ਼ਟਨ ਕੋ ਦਬਾਏ ਜੇ ਅਰੈ, ਉਹ ਤਾਂ ਫਿਰ ਜੇ ਕੋਈ ਉਹਨਾਂ ਨੂੰ ਤੰਗ ਕਰਦਾ ਨਾ ਰਾਹ ਵਿੱਚ, ਉਹਨੂੰ ਦਬਾ ਲੈਂਦੇ ਸੀਗੇ ਜੀ। ਉਦੋਂ ਸੌਖਾ ਕੰਮ ਨਹੀਂ ਸੀ ਨਾ ਜੀ, ਰਸਤੇ ਵਿੱਚ ਖੋਹ ਲੈਂਦੇ ਸੀ। ਆ ਸੁਣੀ ਨਾ ਪੱਟੀ ਦੇ ਨਵਾਬ ਦੀ ਕਥਾ, ਉਹਨੇ ਦੁਸ਼ਾਲੇ ਰਸਤੇ 'ਚ ਹੀ ਖੋਲ੍ਹੇ ਸੀਗੇ ਜੀ। ਹਾਂਜੀ, ਬਲੀ ਪਿਖੈ ਕੋ ਨੇਰ ਕਰੈ, ਅਤੇ ਬਲੀ ਵੇਖ ਕੇ ਕੋਈ ਨੇੜੇ ਨਹੀਂ ਸੀ ਆਉਂਦਾ ਉਹਨਾਂ ਦੇ। ਹਾਂਜੀ, ਕੇਤਕ ਬਿਨ ਆ ਯੁੱਧ ਗਨ ਮਿਲੈ, ਕਈ ਸਿੱਧੇ ਸਾਧੇ ਸੀ, ਉਹ ਸ਼ਸਤਰ ਨਹੀਂ ਸੀ ਧਾਰਨ ਕਰਦੇ, ਪਰ ਪਿਆਰ ਬੜਾ ਕਰਦੇ ਸੀ ਮਹਾਰਾਜ ਨੂੰ। ਉਹ ਬਿਨਾਂ ਸ਼ਸਤਰ ਧਾਰਨ ਕੀਤਿਆਂ ਮਹਾਰਾਜ ਕੋਲ ਆਉਂਦੇ ਸਨ। ਗੁਰੂ ਆਸਰੇ ਬਲ ਕਰ ਚੱਲੈ, ਮਹਾਰਾਜ ਦੇ ਆਸਰੇ ਤੁਰ ਪੈਂਦੇ ਸੀਗੇ। ਹੁਣ ਅੱਜ ਤਾਂ ਸੇਵ ਹੈ, ਇੱਥੋਂ ਪਟਨਾ ਸਾਹਿਬ ਜਾਣਾ, ਟ੍ਰੇਨ 'ਚ ਬਹਿ ਜਾਓ, ਹਜ਼ਾਰਾਂ ਲੋਕ ਪਟਨਾ ਸਾਹਿਬ ਜਾਣ ਵਾਲੇ ਮਿਲਣਗੇ। ਪਰ ਉਦੋਂ ਇੰਜ ਨਹੀਂ ਸੀ ਨਾ, ਉਹ ਫਿਰ ਦੂਰੋਂ ਆਉਣਾ ਅਤੇ ਮਹਾਰਾਜ ਦੇ ਆਸਰੇ ਆਉਣਾ ਜੀ ਉਹਨਾਂ ਨੇ। ਹਾਂਜੀ, ਕਾਰ ਗੁਰੂ ਕੀ ਇਕੱਠੀ ਧਰੈ, ਹਾਂ ਉਹ ਫਿਰ ਸਾਲ 6 ਮਹੀਨੇ ਬਾਅਦ ਤਾਂ ਆਉਣਾ ਜੀ, ਅਤੇ ਰੋਜ਼ ਰੁਪਈਆ ਰੁਪਈਆ ਜੋੜੀ ਰੱਖਣਾ। ਆਖੋ ਸ਼੍ਰੀ ਵਾਹਿਗੁਰੂ, ਵੀ ਜਦੋਂ ਮੈਂ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਵਿੱਚ ਜਾਣਾ ਅਤੇ ਮੈਂ ਇਹ ਸਾਰੀ ਮਾਇਆ ਸਤਿਗੁਰੂ ਜੀ ਨੂੰ ਭੇਟਾ ਕਰਾਂਗਾ। ਇਕੱਠੀ ਕਰਨੀ ਮਾਇਆ ਜੀ, ਪਿਆਰ ਹੈ ਨਾ ਜੀ, ਪਿਆਰ ਸਿਖਾਉਂਦਾ ਜੀ ਇਹ ਗੱਲਾਂ। ਆਵਹਿ ਆਪ ਤਾਂ ਲਿਆਵਨ ਕਰੈ, ਵੀ ਜਦੋਂ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪ ਜਾਵਾਂਗੇ ਫਿਰ ਲੈ ਕੇ ਨਾਲ ਜਾਵਾਂਗੇ। ਹਾਂਜੀ, ਇਸ ਪ੍ਰਕਾਰ ਸਤਿਗੁਰ ਬਿਸਰਾਮੇ, ਉਧਰੋਂ ਮਹਾਰਾਜ ਗਰੀਬ ਨਿਵਾਜ ਬਿਭੌਰ ਸਾਹਿਬ ਵਿੱਚ ਬੜੇ ਆਨੰਦ ਨਾਲ ਸੱਜੇ ਹਨ। ਅਚਲ ਸਥਾਨ ਸੈਲ ਅਭਿਰਾਮੇ, ਨਾਲੇ ਪਰਬਤਾਂ ਦੀ ਸੈਰ ਕਰਦੇ ਆ, ਬੜਾ ਆਨੰਦ ਹੈ। ਹਾਂਜੀ, ਸਕਲ ਖਾਲਸਾ ਸੁਖ ਕੋ ਪਾਏ, ਸਾਰਾ ਖਾਲਸਾ ਬੜਾ ਹੀ ਆਨੰਦ ਪ੍ਰਾਪਤ ਕਰਦਾ, ਬੜਾ ਸੁਖ ਬਣਦਾ ਹੈ। ਰਣ ਕੋ ਸਿਮਰਹਿ ਦਿਵਸ ਬਿਤਾਏ, ਤੇ ਜੰਗ ਯੁੱਧ ਨੂੰ ਵੀ ਚੇਤਾ ਕਰਦੇ ਵੀ ਬੜਾ ਚਿਰ ਹੋ ਗਿਆ ਜੰਗ ਨਹੀਂ ਹੋਇਆ ਕੋਈ। ਆਖੋ ਸ੍ਰੀ ਵਾਹਿਗੁਰੂ, ਸੁਭਾਅ ਬਣ ਜਾਂਦਾ ਜੀ। ਹਾਂਜੀ, ਤੇ ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਹਨ ਗੁਰ ਤੇ ਮੰਗਾ। ਉਹ ਕਈ ਸਿੰਘ ਨਾ ਜੀ ਫਿਰ ਯਾਦ ਕਰਦੇ ਹੈ ਵੀ ਜੰਗ ਯੁੱਧ ਨਹੀਂ ਹੋਇਆ, ਬੜਾ ਚਿਰ ਹੋ ਗਿਆ। ਹਾਂਜੀ, ਦੋਹਰਾ ਕਹਿ ਖਾਲਸਾ ਗੁਰੂ ਜੀ ਬਿਨ ਰਣ ਦਿਵਸ ਬਤੀਤ, ਤੇ ਫਿਰ ਖਾਲਸੇ ਕੋਲ ਰਿਹਾ ਨਾ ਗਿਆ ਤੇ ਮਹਾਰਾਜ ਨੂੰ ਕਹਿਣ ਹੀ ਲੱਗ ਪਏ, ਕਹਿੰਦੇ ਮਹਾਰਾਜ ਇੱਥੇ ਤੇ ਬੈਠੇ ਆ, ਸੰਗਤਾਂ ਆ ਰਹੀਆਂ ਜਾ ਰਹੀਆਂ, ਲੰਗਰ ਲੱਗੇ ਆ, ਪਰ ਮਹਾਰਾਜ ਜੰਗ ਤੇ ਆਉਣ ਹੀ ਨਹੀਂ ਡਈ ਕੋਈ। ਕਈ ਮਹਾਰਾਜ ਸ਼ਸਤਰ ਚੱਲਦੇ ਰਹਿਣ, ਥੋੜਾ ਬਹੁਤਾ ਠਾਹ ਠਈਆ ਹੁੰਦਾ ਰਹੇ, ਉਹ ਕੰਮ ਠੀਕ ਹੈ ਮਹਾਰਾਜ। ਇਹ ਮਹਾਰਾਜ ਸੁਸਤ ਜਿਹੇ ਹੋ ਗਏ ਹਾਂ ਅਸੀਂ। ਹਾਂਜੀ, ਸੁਖ ਸੋ ਸ਼ਤਰੂ ਸੁਪਤ ਹੋਏ, ਆਛੀ ਲਗਹਿ ਨਾ ਰੀਤ, ਤੇ ਮਹਾਰਾਜ ਪਹਾੜੀ ਰਾਜ ਸੁਖ ਨਾਲ ਸੁੱਤੇ ਹੋਣਗੇ। ਹਾਂਜੀ, ਸਾਨੂੰ ਆਨੰਦਪੁਰ ਵਿੱਚੋਂ ਇੱਥੇ ਬਿਠਾਇਆ ਤੇ ਆਪ ਮਹਾਰਾਜ ਟੌਰ ਨਾਲ ਬੈਠੇ ਹੋਣੇ ਹੈ, ਮਹਾਰਾਜ ਸਾਨੂੰ ਤਾਂ ਇਹ ਕੰਮ ਚੰਗਾ ਨਹੀਂ ਲੱਗ ਰਿਹਾ, ਕਈ ਮਹਾਰਾਜ ਉੱਦਮ ਕਰੀਏ ਸੱਚੇ ਪਾਤਸ਼ਾਹ। ਹਾਂਜੀ, ਚੌਪਈ ਬਿਕਸੇ ਸ਼੍ਰੀ ਗੁਰਮੁਖ ਤੇ ਫੁਰਮਾਇਓ, ਜਦੋਂ ਖਾਲਸੇ ਨੇ ਸਿੰਘਾਂ ਨੇ ਮਹਾਰਾਜ ਨੂੰ ਕਿਹਾ ਨਾ, ਮਹਾਰਾਜ ਚੁੱਪ ਚਪੀਤੇ ਦਿਨ ਲੰਘ ਰਹੇ ਆ, ਜੰਗ ਯੁੱਧ ਨਹੀਂ ਕੋਈ ਹੋ ਰਿਹਾ, ਤੇ ਸੱਚੇ ਪਾਤਸ਼ਾਹ ਗੱਲ ਸੁਣ ਕੇ ਮੁਸਕੁਰਾ ਪਏ ਜੀ, ਖੁਸ਼ ਹੋ ਗਏ ਮਹਾਰਾਜ ਸਤਿਗੁਰੂ ਜੀ।
ਕਾਨੋਂ ਜੰਗ ਤੁਮਰੇ ਘਰ ਪਾਇਓ। ਮਹਾਰਾਜ ਕਹਿੰਦੇ ਸਿੰਘੋ ਜੰਗ ਤੇ ਬੜਾ ਜੇ ਤੁਹਾਡੇ ਗਲ ਪਿਆ, ਜੰਗ ਤੇ ਬੜੀ ਕਰਨੀ ਹੈ। ਹਾਂਜੀ, ਅਵਨੀ ਪੂਰਨ ਸ਼ਤਰੂ ਤੁਮਾਰੇ, ਸਨੇ ਸਨੇ ਹਨ ਬਨੋ ਸੁਖਾਰੇ। ਇਸ ਧਰਤੀ ਤੇ ਬਹੁਤ ਸਾਰੇ ਲੋਕ ਤੁਹਾਡੇ ਸ਼ਤਰੂ ਨੇ, ਤੁਹਾਨੂੰ ਵੇਖ ਕੇ ਜਰਦੇ ਨੇ। ਸਹਿਜੇ ਸਹਿਜੇ ਮਹਾਰਾਜ ਕਹਿੰਦੇ ਉਹਨਾਂ ਨੇ ਆਪੇ ਹੀ ਅੱਗੇ ਆਈ ਜਾਣਾ ਤਾਂ ਆਪੇ ਨਾਸ਼ ਹੋਈ ਜਾਣਾ। ਹਾਂਜੀ, ਜੋ ਇੱਛੋ ਅਬ ਭੀ ਹੋਏ ਰਹੇ। ਤੇ ਕੋਈ ਨਹੀਂ, ਜੇ ਤੁਹਾਡੀ ਇੱਛਾ ਹੈਗੀ ਆ ਜੰਗ ਯੁੱਧ ਕਰਨ ਦੀ ਤਾਂ ਬਣ ਜਾਣੀ। ਵਿਉਂਤ ਮਹਾਰਾਜ ਕਹਿਣ ਲੱਗੇ, ਬਣ ਜਾਣਾ ਬਹਾਨਾ, ਹੋ ਜਾਏਗੀ ਗੱਲ ਪੂਰੀ। ਕੰਟਕ ਦੁਸ਼ਟ ਹਤਨ ਨਿਰਬਾਹ। ਤੇ ਮਹਾਰਾਜ ਕਹਿਣ ਲੱਗੇ ਜ਼ਿੰਦਗੀ 'ਚ ਇਹ ਵੀ ਸਮਾਂ ਆ ਜਾਏਗਾ। ਹਾਂਜੀ, ਬੈਠੇ ਹੁਤੇ ਗੁਰੂ ਸ਼ੁਭ ਥਾਨ। ਅਜੇ ਬਚਨ ਬਲਾਸ ਹੋ ਹੀ ਰਹੇ ਸੀ ਜਿੱਥੇ ਮਹਾਰਾਜ ਬੈਠੇ ਸਨ। ਤਬ ਲਓ ਸੰਗਤ ਪਹੁੰਚੀ ਆਨ। ਉਹਨੇ ਚਿਰ ਨੂੰ ਸੰਗਤਾਂ ਦਾ ਜੱਥਾ ਆ ਗਿਆ ਮਹਾਰਾਜ ਕੋਲ ਜੀ, 100-200 ਸਰੀਰ ਸੀਗਾ ਜੀ ਉਹ। ਕਰ ਕਰ ਨਮੋ ਦਰਸ ਅਵਲੋਕਾ। ਸਾਰਿਆਂ ਨੇ ਮਹਾਰਾਜ ਨੂੰ ਮੱਥਾ ਟੇਕਿਆ, ਸੋਹਣੇ ਸਤਿਗੁਰਾਂ ਦੇ ਸੋਹਣੇ ਦਰਸ਼ਨ ਕੀਤੇ ਜੀ। ਕਰੀ ਪੁਕਾਰ ਹਮੈ ਬਹੁ ਸ਼ੋਕਾ। ਤੇ ਮੱਥਾ ਟੇਕ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਇੱਕ ਬੇਨਤੀ ਕਰਨੀ ਹੈ। ਮਹਾਰਾਜ ਸਾਨੂੰ ਬੜਾ ਸ਼ੋਕ ਲੱਗਾ, ਬੜਾ ਦੁੱਖ ਲੱਗਾ ਸਾਨੂੰ ਇੱਕ ਗੱਲ ਦਾ। ਵਸਤ ਅਜਾਏ ਬਰਾਬਰ ਹੇਤ। ਅਸੀਂ ਆਪ ਜੀ ਦੇ ਵਾਸਤੇ ਬਹੁਤ ਵਧੀਆ ਵਧੀਆ ਵਸਤੂਆਂ ਲੈ ਕੇ ਆ ਰਹੇ ਸਾਂ। ਕਰੀ ਬਟੋਰਨ ਬ੍ਰਿੰਦਨ ਕੇਤ। ਆਪਣੇ ਘਰ ਵਿੱਚ ਪਹਿਲਾਂ ਵਸਤੂਆਂ ਇਕੱਠੀਆਂ ਕੀਤੀਆਂ, ਬੜੀ ਮਿਹਨਤ ਲਾਈ ਸੀ। ਹਾਂਜੀ, ਆਵਤ ਲੀਏ ਗਰਾਮ ਕਲਮੋਟਾ। ਪਰ ਰਸਤੇ ਵਿੱਚ ਆਉਂਦਿਆਂ ਕਲਮੋਟਾ ਪਿੰਡ ਹੈ ਨਾ ਜਿਹੜਾ, ਕਲਮੋਟਾ ਇਹਨੂੰ ਕਲਮੋਟ ਵੀ ਕਹਿੰਦੇ ਸੀਗੇ, ਉਸ ਪਿੰਡ ਦੇ ਬੰਦਿਆਂ ਨੇ ਬਸੈ ਗਵਾਰ ਕਰਮ ਜਿਨ ਖੋਟਾ। ਮਹਾਰਾਜ ਉੱਥੇ ਬੰਦੇ ਥੋੜ੍ਹੀ ਵੱਸਦੇ ਹੈ, ਮਹਾਰਾਜ ਉਸ ਪਿੰਡ ਵਿੱਚ ਤਾਂ ਗਵਾਰ ਵੱਸਦੇ, ਭੂਤ ਹੀ ਵੱਸਦੇ ਹੈ। ਮਹਾਰਾਜ ਕਹਿੰਦੇ ਕੀ ਹੋਇਆ, ਮਹਾਰਾਜ ਉਹਨਾਂ ਬੜਾ ਧੱਕਾ ਕੀਤਾ ਸਾਡੇ ਨਾਲ। ਹਾਂਜੀ, ਰਾਵਰ ਕੀ ਬਹੁ ਦਈ ਦੁਹਾਈ। ਅਸੀਂ ਦੱਸਿਆ ਵੀ ਹੈ ਵੀ ਅਸੀਂ ਤੁਹਾਡੇ ਕੋਲ ਜਾਣਾ, ਆਪ ਜੀ ਦਾ ਨਾਮ ਵੀ ਲਿਆ, ਆਪ ਜੀ ਦੀ ਦੁਹਾਈ ਵੀ ਉਹਨਾਂ ਨੂੰ ਦਿੱਤੀ ਹੈ। ਨਹਿ ਮਾਨੇ ਛੀਨੇ ਸਮੁਦਾਈ। ਪਰ ਮਹਾਰਾਜ ਉਹਨਾਂ ਸਾਡੀ ਇੱਕ ਨਹੀਂ ਮੰਨੀ, ਜਿਹੜੀਆਂ ਵਸਤੂਆਂ ਤੁਹਾਡੇ ਲਈ ਲਿਆਂਦੀਆਂ ਸੀ ਉਹਨਾਂ ਖੋਹ ਲਈਆਂ ਸਾਡੇ ਤੋਂ। ਆਖੋ ਸ਼੍ਰੀ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਉਹਨਾਂ ਸਮਿਆਂ ਵਿੱਚ ਨਾ ਕੋਈ ਦੇਸੀ ਘਿਓ ਬਣਾ ਕੇ ਲਿਆਉਂਦਾ ਹੁੰਦਾ ਸੀ। ਹਾਂਜੀ, ਕੋਈ ਬੜੇ ਵਧੀਆ ਵਧੀਆ ਪਦਾਰਥ ਘਰੋਂ ਬਣਾ ਕੇ ਲਿਆਉਂਦੇ ਹੁੰਦੇ ਸੀਗੇ ਜੀ, ਅਤੇ ਇਹਨਾਂ ਲੁੱਟ ਕੇ ਖਾ ਲਏ ਜੀ ਸਾਰੇ ਜੀ ਉਹਨਾਂ। ਸੋਨਾ ਚਾਂਦੀ ਹੀਰੇ ਮੋਤੀ ਵੀ ਬੜੇ ਕੁਝ ਲੈ ਕੇ ਆਉਣਾ ਜੀ, ਸ਼ਸਤਰ ਲੈ ਕੇ ਆਉਣੇ, ਉਹਨਾਂ ਲੁੱਟ ਲਿਆ ਜੀ ਸਾਰਾ ਕੁਛ। ਗੁੱਜਰ ਰੰਗੜ ਪੁੰਜ ਮਿਲੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਰਹਿੰਦਾ ਕੌਣ ਆ? ਕਹਿੰਦੇ ਜੀ ਉੱਥੇ ਗੁੱਜਰ ਰਹਿੰਦੇ ਹੈ, ਉੱਥੇ ਰੰਗੜ ਰਹਿੰਦੇ ਹੈ। ਹਾਂਜੀ, ਆਵਤ ਮਾਰਗ ਰੋਕ ਖਲੇ ਹੈ। ਮਹਾਰਾਜ ਉਹ ਅੱਗੇ ਖਲੋਤੇ ਸੀਗੇ ਬਰਛੇ ਲੈ ਕੇ, ਸ਼ਸਤਰ ਲੈ ਕੇ। ਵਸਤ ਆਪ ਕੀ ਲਾਇਕ ਜੇਈ। ਅਸੀਂ ਬੜੀ ਮਿਹਨਤ ਨਾਲ ਬੜੀਆਂ ਵਧੀਆ ਵਧੀਆ ਵਸਤੂਆਂ ਆਪ ਜੀ ਵਾਸਤੇ ਲੈ ਕੇ ਆ ਰਹੇ ਸਾਂ ਮਹਾਰਾਜ। ਲਈ ਖਸੋਟ ਬਰੇ ਗੱਡ ਤੇਈ। ਤੇ ਨਾਲੇ ਤੋਂ ਉਹਨਾਂ ਕੀਤਾ ਧੱਕਾ ਮੁੱਕੀ, ਤੇ ਨਾਲੇ ਸਤਿਗੁਰੂ ਜੀ ਉਹਨਾਂ ਸਾਰਾ ਕੁਝ ਖੋਹ ਲਿਆ।
ਆਖੋ ਸ਼੍ਰੀ ਵਾਹਿਗੁਰੂ। ਆਹ ਚੈਨੀਆਂ ਲਾਉਣ ਵਾਲੇ ਹੋਣੀ ਥੋੜ੍ਹੀ ਹੈਗੇ ਆ, ਵਾਲੀਆਂ ਲਾਉਣ ਵਾਲੇ ਹੋਣੀ ਥੋੜ੍ਹੀ ਹੈਗੇ ਆ, ਪਰ ਸਿਖਾਉਣ ਵਾਲੇ ਕੰਨ 'ਤੇ ਫੋਨ ਲਾਇਆ ਲੈ ਕੇ ਜਾਂਦੇ ਹੋਣੀ ਥੋੜ੍ਹੀ ਹੈਗੇ ਵੀ ਖਿੱਚ ਕੇ ਹੀ ਲੈ ਜਾਂਦੇ। ਇਹ ਪਹਿਲਾਂ ਵੀ ਇਹੋ ਜਿਹੇ ਹੈਗੇ ਸੀਗੇ, ਪਹਿਲਾਂ ਵੀ ਸੀਗੇ ਜੀ। ਹਾਂਜੀ, ਸੁਣ ਸਤਿਗੁਰ ਕਹਿ ਕੋਪ ਬਿਸਾਲਾ। ਮਹਾਰਾਜ ਨੂੰ ਬੜਾ ਵੀਰ ਰਸ ਆਇਆ ਦਸਵੇਂ ਪਾਤਸ਼ਾਹ ਨੂੰ ਵੀ ਸਾਡੀਆਂ ਸੰਗਤਾਂ ਨਾਲ ਧੱਕਾ ਕਰਤਾ। ਹਾਂਜੀ, ਫਰਕੇ ਅਰਧ ਬਿਲੋਚਨ ਲਾਲਾ। ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਫਰਕੇ ਅਰਧ ਬਿਲੋਚਨ ਲਾਲਾ। ਆਖੋ ਸ਼੍ਰੀ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਜੀ ਦੇ ਡੌਲੇ ਫੜਕ ਗਏ ਜੀ, ਨੇਤਰਾਂ ਵਿੱਚ ਵੀ ਲਾਲੀ ਆਈ ਜੀ। ਹਾਂਜੀ, ਸੰਗਤ ਕੋ ਧੀਰਜ ਤਬ ਦੀਨ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਸੰਗਤ ਨੂੰ ਧੀਰਜ ਦਿੱਤਾ ਵੀ ਕੋਈ ਗੱਲ ਨਹੀਂ, ਤੁਮਰੀ ਅਰਪੀ ਹਮਨੇ ਲੀਨ। ਜੋ ਜੋ ਤੁਸੀਂ ਸਾਡੇ ਲਈ ਲਿਆਂਦਾ ਤੁਹਾਨੂੰ ਸਭ ਵਸਤੂਆਂ ਦਾ ਫਲ ਦੇ ਦਿੱਤਾ। ਤੁਹਾਨੂੰ ਕਹਿਣ ਲੱਗੇ ਘਬਰਾਓ ਨਾ, ਚਿੰਤਾ ਨਾ ਕਰੋ। ਗੱਲ ਤਾਂ ਮਹਾਰਾਜ ਦੀ ਖੁਸ਼ੀ ਲੈਣ ਦੀ ਹੈ ਨਾ, ਮਹਾਰਾਜ ਕਹਿੰਦੇ ਤੁਹਾਨੂੰ ਫਲ ਮਿਲ ਗਿਆ। ਹਾਂਜੀ, ਚਿੰਤਾ ਕਰੋ ਨਾ ਉਰ ਪਛਤਾਵੋ। ਕੋਈ ਨੀ, ਚਿੰਤਾ ਨਾ ਕਰੋ, ਪਛਤਾਓ ਨਾ। ਮਹਾਰਾਜ ਕਹਿਣ ਲੱਗੇ ਬੈਠੋ ਮਨੋ ਕਾਮਨਾ ਪਾਵੋ। ਬੈਠੋ, ਦੱਸੋ ਕੀ ਚਾਹੀਦਾ, ਕੀ ਮਨੋ ਕਾਮਨਾ ਤੁਹਾਡੀ ਪੂਰੀ ਹੋ ਜਾਏਗੀ। ਆਲਮ ਸਿੰਘ ਜ਼ੋਰ ਕਰ ਕਹਾ। ਤੇ ਹੁਣੇ ਤੇ ਸਿੰਘ ਕਹਿ ਰਹੇ ਸੀ ਅੱਜ ਹੀ ਵੀ ਮਹਾਰਾਜ ਬੜਾ ਚਿਰ ਹੋ ਗਿਆ ਜੰਗ ਨਹੀਂ ਕੀਤਾ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਨੇ ਕਿਹਾ ਸੀ ਮੌਕਾ ਬਣ ਜਾਏਗਾ, ਉਹ ਬਣ ਗਿਆ ਜੀ। ਭਾਈ ਆਲਮ ਸਿੰਘ ਜੀ ਮਹਾਰਾਜ ਦੇ ਗੜਬਈ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ। ਕੰਟਕ ਦੁਸ਼ਟ ਤਹਾਂ ਕੇ ਮਹਾ। ਮਹਾਰਾਜ ਸੱਚੇ ਪਾਤਸ਼ਾਹ ਜਿਸ ਪਿੰਡ ਦਾ ਨਾਮ ਲੈਂਦੇ ਆਏ ਕਲਮੋਟ, ਉੱਥੋਂ ਦੇ ਲੋਕ ਵਾਕਈ ਬੜੇ ਦੁਸ਼ਟ ਨੇ, ਲੁਟੇਰੇ ਨੇ, ਦੁੱਖ ਦਿੰਦੇ ਮਹਾਰਾਜ ਆਏ ਗਿਆਂ ਨੂੰ। ਤਾਜ ਅਨੰਦਪੁਰ ਜਬ ਚੱਲ ਆਏ, ਕੇਤਕ ਸਿੰਘ ਉਤੈ ਕੋ ਧਾਏ। ਹਾਂਜੀ, ਰੋਕਿਓ ਚਹਤ ਰੁਕੇ ਨਹਿ ਕੋਏ, ਛਲ ਕਰ ਘੇਰ ਲੀਏ ਵਿੱਚ ਦੋਏ। ਸੱਚੇ ਪਾਤਸ਼ਾਹ ਜਦੋਂ ਆਪਾਂ ਅਨੰਦਪੁਰ ਸਾਹਿਬ ਛੱਡ ਕੇ ਆ ਰਹੇ ਸਾਂ ਨਾ ਇਸ ਪਾਸੇ, ਅਤੇ ਕੁਝ ਸਿੰਘ ਉੱਧਰ ਕਲਮੋਟ ਪਿੰਡ ਨੂੰ ਹੋ ਕੇ ਦੂਜੇ ਬੰਨੇ ਉਹਨਾਂ ਸਾਡੇ ਨਾਲ ਰਲਣਾ ਸੀ, ਉਦੋਂ ਵੀ ਕਲਮੋਟ ਵਾਲਿਆਂ ਨੇ ਸਿੰਘਾਂ ਨੂੰ ਘੇਰਿਆ ਸੀਗਾ ਮਹਾਰਾਜ। ਕਈ ਸਿੰਘ ਤਾਂ ਨਹੀਂ ਰੁਕੇ, ਪਰ ਦੋ ਸਾਡੇ ਸਿੰਘ ਉੱਥੇ ਫਸ ਗਏ ਉਹਨਾਂ ਵਿੱਚ ਮਹਾਰਾਜ। ਹਾਂਜੀ, ਤਿੰਨਕੇ ਸੀਸ ਕਾਟ ਕਰ ਗੇਰੇ। ਅਤੇ ਮਹਾਰਾਜ ਫਿਰ ਇਹਨਾਂ ਕਲਮੋਟ ਵਾਲਿਆਂ ਨੇ ਪਤਾ ਕੀ ਕੀਤਾ, ਉਹਨਾਂ ਦੋ ਸਿੰਘਾਂ ਦੇ ਸਿਰ ਵੱਢ ਕੇ ਸੁੱਟ ਦਿੱਤੇ ਸਨ ਮਹਾਰਾਜ। ਇਸ ਪਿੰਡ ਵਾਲਿਆਂ ਨੇ ਐਡੇ ਦੁਸ਼ਟ ਨੇ ਮਹਾਰਾਜ, ਇਹ ਕੌਣ ਦੱਸ ਰਿਹਾ? ਹਾਂਜੀ ਭਾਈ, ਕਿਹੜੇ ਭਾਈ? ਭਾਈ ਆਲਮ ਸਿੰਘ ਜੀ ਦੱਸ ਰਹੇ ਨੇ। ਆਖੋ ਸ਼੍ਰੀ ਵਾਹ। ਕੌਣ ਦੱਸ ਰਿਹਾ? ਭਾਈ ਆਲਮ ਸਿੰਘ ਜੀ ਦੱਸ ਰਹੇ ਮਹਾਰਾਜ, ਉਹਨਾਂ ਨੇ ਸਿਰ ਵੱਢ ਕੇ ਸਾਡੇ ਸਿੰਘਾਂ ਨੇ ਸੁੱਟੇ ਸਨ। ਨਹੀਂ ਤ੍ਰਾਸ ਮਨ ਹੈ ਕਿਸ ਕੇਰੇ। ਮਹਾਰਾਜ ਉਹ ਨਹੀਂ ਡਰਦੇ, ਅੱਖਾਂ ਵਿਖਾਉਂਦੇ ਆ ਅੱਗੋਂ। ਅਸ ਦੁਸ਼ਟਨ ਕਹੋ ਹੈ ਨਾ ਸਜਾਏ। ਐਸੇ ਦੁਸ਼ਟਾਂ ਨੂੰ ਮਹਾਰਾਜ ਸਜਾ ਹੀ ਨਾ ਦਈਏ, ਇਹ ਕਿਵੇਂ ਹੋ ਸਕਦਾ? ਕਰਹਿ ਬਿਗਾਰ ਰਹੇ ਗਰਬਾਏ। ਜੇ ਸਜਾ ਨਾ ਦਿੱਤੀ, ਇਹ ਵਿਗਾੜ ਆਉਣ ਵਾਲੇ ਸਮੇਂ 'ਚ ਕਰਨਗੇ। ਕੱਲ੍ਹ ਸਿੰਘਾਂ ਦੇ ਸਿਰ ਵੱਢੇ ਸਨ, ਅੱਜ ਸੰਗਤਾਂ ਨੂੰ ਰੋਕ ਲਿਆ ਇਹਨਾਂ ਨੇ।
ਗੁਰ ਘਰ ਸੋ ਬਹੁ ਰਚਿਓ ਬਿਰੋਧਾ। ਮਹਾਰਾਜ ਇਹਨਾਂ ਦਾ ਗੁਰੂ ਘਰ ਨਾਲ ਵੈਰ ਹੀ ਹੈ, ਪਤਾ ਨਹੀਂ ਮਹਾਰਾਜ ਇਹਨਾਂ ਨੂੰ ਕੀ ਗੁਰੂ ਘਰ ਨਾਲੋਂ ਦੁੱਖ ਹੈਗਾ। ਚਾਹੀਅਤ ਹਤੇ ਕ੍ਰੋਧ ਕਰ ਜੁਧਾ। ਮਹਾਰਾਜ ਇਹਨਾਂ ਨਾਲ ਦੋ ਹੱਥ ਕਰਨੇ ਚਾਹੀਦੇ ਹੈ। ਸੁਨ ਪ੍ਰਭ ਕੋ ਰਿਸ ਭਈ ਕਨੇਰੀ। ਜਦੋਂ ਮੇਰੇ ਸਤਿਗੁਰੂ ਜੀ ਨੇ ਇਹ ਬਚਨ ਸੁਣਿਆ ਨਾ ਵੀ ਇਹਨਾਂ ਨੇ ਸਿੰਘਾਂ ਦੇ ਸਿਰ ਵੱਢੇ ਨੇ, ਅਤੇ ਮਹਾਰਾਜ ਗਰੀਬ ਨਿਵਾਜ ਬੜੇ ਵੀਰ ਰਸ ਵਿੱਚ ਆਏ ਜੀ। ਅੱਛਾ ਇਹਨਾਂ ਸਾਡੇ ਸਿੰਘਾਂ ਦੇ ਸਿਰ ਵੱਢੇ ਹੈ। ਹਾਂਜੀ। ਜਲਤ ਅਗਨ ਅਹੂਤੀ ਜਨ ਗੇਰੀ। ਉਹ ਮਹਾਰਾਜ ਨੂੰ ਤਾਂ ਅੱਗੇ ਹੀ ਬੜਾ ਵੀਰ ਰਸ ਸੀ, ਇਹ ਖਬਰ ਸੁਣ ਕੇ ਹੋਰ ਵੀਰ ਰਸ ਆ ਗਿਆ ਜੀ। ਆਲਮ ਸਿੰਘ ਕੇ ਸੰਗ ਉਚਾਰੀ। ਭਾਈ ਸਾਹਿਬ ਭਾਈ ਆਲਮ ਸਿੰਘ ਜੀ ਨੂੰ ਬਾਜਾਂ ਵਾਲੇ ਸਤਿਗੁਰੂ ਜੀ ਕਹਿਣ ਲੱਗੇ, ਚਾਹਤ ਖਾਲਸਾ ਕਰੀਐ ਤਿਆਰੀ। ਮਹਾਰਾਜ ਕਹਿਣ ਲੱਗੇ ਖਾਲਸਾ ਤਾਂ ਅੱਗੇ ਚਾਹੁੰਦਾ ਸੀ ਜੰਗ ਕਰਨ ਲਈ, ਵੀ ਹੱਲਾ ਕਰਨ ਲਈ, ਚਲੋ ਹੁਣ ਦੁਸ਼ਟਾਂ ਦਾ ਸੋਧਾ ਲਾਈਏ। ਹਾਂਜੀ। ਜੰਗ ਸਮਾਜ ਤਬ ਹੈ ਵਰਤਾਇਓ। ਉਸੇ ਵੇਲੇ ਹੀ ਚੜ੍ਹਾਈ ਵਾਸਤੇ ਜਿਹੜਾ ਸਮਾਨ ਚਾਹੀਦਾ ਸੀ ਉਹ ਵਰਤਾ ਦਿੱਤਾ। ਜਾਮਨ ਬੀਤੀ ਭੋਰ ਹੋਏ ਆਇਓ। ਤੇ ਦਿਨ ਬਤੀਤ ਹੋ ਗਿਆ ਸਾਰਾ ਜੀ, ਵਾਹਿਗੁਰੂ ਰਾਤ ਬਤੀਤ ਹੋਈ ਦਿਨ ਚੜਿਆ। ਹੁਕਮ ਕਰਿਓ ਪ੍ਰਭ ਬਜਹਿ ਨਗਾਰਾ। ਮਹਾਰਾਜ ਨੇ ਹੁਕਮ ਕੀਤਾ ਖਾਲਸੇ ਨੂੰ, ਭਾਈ ਨਗਾਰਾ ਵਜਾ ਦਿਓ। ਸਕਲ ਖਾਲਸਾ ਚੜ੍ਹੈ ਸ਼ਿਕਾਰਾ। ਅੱਜ ਸਾਰਾ ਖਾਲਸਾ ਸ਼ਿਕਾਰ ਤੇ ਚੜ੍ਹੇਗਾ, ਤੇ ਸ਼ਿਕਾਰ ਕਿਹਨਾਂ ਦਾ ਕਰਨਾ? ਇਹਨਾਂ ਦੁਸ਼ਟਾਂ ਦਾ ਕਰਨਾ ਜੀ। ਬਿਨਾਂ ਕਾਰਨ ਤੋਂ ਰਾਹ ਜਾਂਦੇ ਬੰਦਿਆਂ ਦੇ ਸਿਰ ਵੱਢਣੇ, ਦੱਸੋ ਇਹ ਕਿੰਨਾ ਕੁ ਜਾਇਜ਼ ਹੈਗਾ ਜੀ? ਆਖੋ ਸ਼੍ਰੀ ਵਾਹਿਗੁਰੂ। ਬਿਨਾਂ ਕਾਰਨ ਤੋਂ ਰਾਹ ਜਾਂਦੇ ਬੰਦਿਆਂ ਦੇ ਸਿਰ ਲਾਹ ਦੇਣੇ ਜੀ, ਉਹਨਾਂ ਕੋਲ ਸਮਾਨ ਲੁੱਟ ਲੈਣਾ ਜੀ। ਹਾਂਜੀ। ਪਰੇ ਤੁਰੰਗਨ ਪਰ ਬਰ ਜ਼ੀਨ, ਪੂਰਬ ਪ੍ਰਭੂ ਅਰੂਢਨ ਕੀਨ। ਉੱਥੇ ਵਾਲੇ ਘੋੜਿਆਂ ਅਤੇ ਕਾਠੀਆਂ ਪਾਈਆਂ, ਅਤੇ ਪੂਰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਸਾਰਿਆਂ ਤੋਂ ਪਹਿਲਾਂ ਹੀ ਘੋੜੇ ਦੇ ਉੱਤੇ ਅਸਵਾਰ ਹੋ ਗਏ ਵੀ ਉਹਨਾਂ ਦੁਸ਼ਟਾਂ ਨੂੰ ਸੋਧਾ ਲਾਉਣਾ ਹੈ, ਜਿਨ੍ਹਾਂ ਬਿਨਾਂ ਕਾਰਨ ਸੰਗਤ ਨੂੰ ਤੰਗ ਕੀਤਾ ਅਤੇ ਸਿੰਘਾਂ ਦੇ ਸਿਰ ਵੱਢੇ ਹੈ। ਹਾਂਜੀ। ਪਰੀ ਦੁਬੋਚ ਖਾਲਸਾ ਚੜ੍ਹਿਓ। ਰਣਜੀਤ ਨਗਾਰੇ ਤੇ ਦੋਹਰੀਆਂ ਚੋਭਾਂ ਵੱਜੀਆਂ ਤੇ ਖਾਲਸੇ ਨੇ ਚੜ੍ਹਾਈ ਕਰ ਦਿੱਤੀ। ਸ਼ਸਤਰਨ ਸਹਿਤ ਵੀਰ ਰਸ ਬੜ੍ਹਿਓ। ਐਨ ਸ਼ਸਤਰ ਵੀ ਕੋਲ ਨੇ, ਵੀਰ ਰਸ ਬੜਾ ਵੱਧ ਗਿਆ ਜੀ। ਕ੍ਰੋਧਤ ਪ੍ਰਭੂ ਕਰਿਓ ਪ੍ਰਸਥਾਨਾ। ਵੀਰ ਰਸ ਵਿੱਚ ਆਏ ਸਤਿਗੁਰਾਂ ਨੇ ਵੀ ਘੋੜੇ ਨੂੰ ਅੱਡੀ ਲਾਈ, ਚਾਲਾ ਪਾਇਆ। ਥਰ ਹਰ ਪ੍ਰਿਥਵੀ ਕੋਪ ਮਹਾਨਾ। ਫਿਰ ਪੜਿਓ। ਥਰ ਵਰ ਪ੍ਰਿਥਵੀ ਕੰਪ ਮਹਾਨਾ। ਸੰਗਤ ਜੀ ਧਰਤੀ ਵੀ ਮਾਨੋ ਕੰਬਣ ਲੱਗ ਪਈ, ਕਿਉਂਕਿ ਮਹਾਰਾਜ ਸਤਿਗੁਰੂ ਜੀ ਨੂੰ ਵੀਰ ਰਸ ਆ ਗਿਆ ਜੀ। ਸੋ ਅੱਗੇ ਕੀ ਹੈ ਉਹ ਆਪਾਂ ਕੱਲ੍ਹ ਨੂੰ ਸੁਣਾਂਗੇ ਜੀ। ਮਹਾਰਾਜ ਸਤਿਗੁਰੂ ਜੀ ਕਿਰਪਾ ਕਰਨ, ਨਿੰਦਕਾਂ ਦਾ ਦੁਸ਼ਟਾਂ ਦਾ ਹਾਲ ਬੁਰਾ ਕਰਨ ਵਾਸਤੇ ਮਹਾਰਾਜ ਨੇ ਖਾਲਸਾ ਸਾਜਿਆ ਜੀ। ਯਾਦ ਕਰੋ ਜਦੋਂ ਪੀਰ ਭੀਖਣ ਸ਼ਾਹ ਜੀ ਮਹਾਰਾਜ ਨੂੰ ਮਿਲੇ ਸੀਗੇ ਲਖਨੌਰ ਸਾਹਿਬ ਦੀ ਧਰਤੀ 'ਤੇ, ਮਹਾਰਾਜ ਗੱਲਬਾਤ ਕਰਨ ਲੱਗ ਪਏ ਸੀ, ਸਰੀਰ ਕਰਕੇ ਥੋੜ੍ਹੇ ਵੱਡੇ ਹੋ ਗਏ ਸਨ, ਪਟਨਾ ਸਾਹਿਬ ਤੋਂ ਵਾਪਸ ਆਏ ਸਨ। ਪੀਰ ਭੀਖਣ ਸ਼ਾਹ ਜੀ ਮਹਾਰਾਜ ਨੂੰ ਚੁੱਕ ਕੇ ਵੱਖਰੇ ਲੈ ਗਏ ਸੀ, ਗਲ 'ਚ ਜਿਹੜਾ ਪਰਨਾ ਪਾਇਆ ਉਸ ਪਰਨੇ ਨਾਲ ਮਹਾਰਾਜ ਦੇ ਚਰਨ ਸਾਫ਼ ਕੀਤੇ, ਅਤੇ ਪੀਰ ਜੀ ਕਹਿੰਦੇ ਮਹਾਰਾਜ ਤੁਸੀਂ ਖਾਲਸਾ ਸਾਜਣਾ। ਛੋਟਾ ਜਿਹਾ ਸਰੂਪ ਸੀ ਮਹਾਰਾਜ ਦਾ, 7-8 ਸਾਲ ਦਾ ਵੀ ਨਹੀਂ, ਪੂਰਾ ਸਰੀਰ ਸੀ ਮਹਾਰਾਜ ਦਾ।
ਮਹਾਰਾਜ ਤੁਸੀਂ ਖਾਲਸਾ ਸਾਜਣਾ ਤਾਂ ਤੁਸੀਂ ਇਹਨਾਂ ਮਾੜੇ ਤੁਰਕਾਂ ਦੀਆਂ ਜੜ੍ਹਾਂ ਪੁੱਟ ਦੇਣੀਆਂ, ਇਹਨਾਂ ਤੁਰਕਾਂ ਦੀਆਂ ਜੜ੍ਹਾਂ ਪੁੱਟਣੀਆਂ, ਅਤੇ ਮੈਂ ਵੀ ਤੁਰਕ ਹੈਗਾ। ਮਹਾਰਾਜ ਕਹਿੰਦੇ ਪੀਰ ਜੀ ਤੁਸੀਂ ਕਿਉਂ ਚਿੰਤਾ ਕਰਦੇ ਹੋ, ਤੁਸੀਂ ਆਪ ਹੀ ਕਿਹਾ ਵੀ ਮਾੜੇ ਤੁਰਕਾਂ ਦੀਆਂ ਜੜ੍ਹਾਂ ਪੁੱਟਣੀਆਂ, ਚੰਗਿਆਂ ਦੀਆਂ ਥੋੜ੍ਹੀ ਪੁੱਟਣੀਆਂ ਨੇ, ਚੰਗਿਆਂ ਦੀ ਥੋੜ੍ਹੀ। ਜਿਹੜੇ ਦੁਨੀਆਂ ਨੂੰ ਤੰਗ ਕਰਦੇ ਹੈ, ਧੱਕਾ ਕਰਦੇ ਹੈ, ਸੀਨਾ ਜੋਰੀ ਕਰਦੇ ਹੈ, ਉਹਨਾਂ ਨਾਲ ਇੰਜ ਕਰਨਾ, ਬਾਕੀਆਂ ਨਾਲ ਤਾਂ ਪ੍ਰੇਮ ਹੀ ਕਰਨਾ। ਕਹਿਣ ਲੱਗੇ ਮਹਾਰਾਜ ਤਾਂ ਆਪ ਕਹਿੰਦੇ, ਸੱਚ ਕਹੋ ਸੁਣ ਲਿਹੋ ਸਭੈ, ਸੱਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸੱਚ ਕਹੋ ਸੁਣ ਲਿਹੋ ਸਭੈ, ਸੱਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਭੇਦ ਇੰਨਾ ਵੀ ਹੁਣ ਉਹ ਡਾਕਟਰ ਬੱਚੀ ਨਾਲ ਕਿਸੇ ਦੁਸ਼ਟ ਨੇ ਕੁਕਰਮ ਕੀਤਾ ਜੀ, ਹਾਂਜੀ, ਹੁਣ ਕੁਕਰਮ ਕਰਨ ਵਾਲੇ ਨਾਲ ਥੋੜ੍ਹੀ ਪ੍ਰੇਮ ਕਰਨਾ ਜੀ। ਉਹਦੇ ਲਈ ਆਹ ਦਿੱਤੀ ਮਹਾਰਾਜ ਨੇ ਸ਼ਸਤਰ ਦਿੱਤਾ, ਉਹਦਾ ਸੋਧਾ ਲਾਉਣਾ ਜੀ, ਬਾਕੀ ਜੀਵਾਂ ਨਾਲ ਪ੍ਰੇਮ ਕਰਨਾ, ਪਰਮੇਸ਼ਰ ਦੇ ਨਾਮ ਨਾਲ ਪ੍ਰੇਮ ਕਰਨਾ। ਮਹਾਰਾਜ ਜੀ ਮਿਹਰ ਕਰਨ, ਭੁੱਲਾਂ ਦੀ ਮਾਫ਼ੀ ਬਖਸ਼ੋ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।